ਜਦ ਸਾਨੂੰ ਬੜੀਆਂ ਖੁਸ਼ੀਆਂ ਹੋਈਆਂ ਵੀ ਦੇਸ਼ ਆਜ਼ਾਦ ਹੋ ਗਿਆ, ਅਸੀਂ ਆਰਾਮ 'ਤੇ ਬੈਠੂਗੇ। ਪਰ ਸੰਨ 57 ਕਿਹਾ ਜਾਂ ਸਾਡੇ ਮਾਰੇ ਵਾਸਤੇ ਆਇਆ, ਉਹਨੇ ਮੈਨੂੰ ਜੜ੍ਹਾਂ 'ਤੇ ਖੇਡ ਕੇ ਰੱਖ ਦਿਆ। 1927 ਵਿੱਚ ਆਸਾ ਰਾਮ ਨੇ ਕਹਿ ਦਿਆ, ਕਾਸਮ ਲੋਕੋ ਕਿਆ ਬੈਠੇ ਇੱਥੇ ਆਰਾਮ 'ਤੇ, ਇੱਥੇ ਸੁੰਦਰ ਸ਼ਹਿਰ ਵਸਣਾ ਹੈ, ਇੱਥੇ ਲਿਫਾਫੇ ਦੁੱਧ ਵਿਕੇ ਕਰੂਗਾ, ਇੱਥੇ ਬਿਨਾਂ ਤੇਲ 'ਤੇ ਦੀਵੇ ਜਗੇ ਕਰੂੰਗੇ ਔਰ ਔਰਤਾਂ ਰਾਜ ਕਰੂੰਗੀਆਂ। ਕਾਜੇ ਕੋਲ ਮੈਂ ਫਾਰਸੀ ਸਿੱਖੀ ਹੈ, 7 ਵਜੇ ਫਾਰਸੀ ਹੈ, ਕੁਰਾਨ ਸ਼ਰੀਫ ਸਿੱਖੀ ਹੈ, ਹਦੀਸਾਂ ਪੜ੍ਹੀਆਂ, ਮੈਨੂੰ 44 ਭਾਸ਼ਾ ਆ ਰਹੀਆਂ। ਹਿਬਰੂ ਵੀ ਸਿੱਖੀ ਦਾ ਜਿਸ ਮੈਂ ਕਿਹੜੀ ਗ੍ਰੰਥ ਲਿਖਿਆ ਹੈ, ਹਿਬਰੂ ਅਰੀ ਨਾਮਾ ਸੇ ਤਰੀ ਮਿਤਰ ਪਤਾ ਤੁਰਕੀਮਾ। ਅੱਛਾ, ਖਾੜਕੂ ਲਹਿਰ ਗਏ ਵਿੱਚ ਵੀ ਥਾਣੇ ਸੰਤਾਪ ਹੋ ਗਿਆ, ਜੇਲ੍ਹ ਮੈਂ ਵੀ ਗਏ, ਮੈਨੂੰ ਕਈ ਵਾਰੀ 7 ਵਾਰੀ ਪੁਲਿਸ ਨੇ ਚੱਕਿਆ, ਪੁੱਠਾ ਵੱਲ ਟਿਕਾਇਆ ਅਤੇ ਮੈਂ ਉਹਦੇ ਖੂਨ ਨਾਲ ਲੈ ਜਾਣਾ ਫਿਰ ਥੱਲੇ ਤਾਰਨਾ। ਪਰ ਸਭ ਤੋਂ ਬੜਾ ਕਮਾਲ ਹੈ ਵੀ ਤੁਸੀਂ ਪਹਿਲਾਂ ਸਾਰੇ ਐਬ ਕਰੇ ਉਹ ਛੱਡ ਤੇ, ਉਹ ਕਿਸ ਤਰ੍ਹਾਂ ਜ਼ਿੰਦਗੀ ਪਲਟਾ ਖਾ ਗਈ? ਸ਼ਰਾਬੀ ਤਾਂ ਮਿਹਨਤ ਤਾਂ ਕਰਦਾ, ਮੈਂ ਸਵਾਬ ਤਾਂ ਸ਼ਰਾਬ ਕੀ ਛੱਡ ਕੇ ਪੀਜੇ ਕੇ ਰਹਿੰਦਾ। ਬਾਕੀ ਕੁਛ ਨਹੀਂ ਕਿਹਾ ਮੈਨੂੰ, ਕਹਿੰਦਾ ਸ਼ਗਨ ਚੀਜ਼ ਮੇਰੀ ਹੈ ਤੂੰ ਲੈ ਜਾ। ਟਾਰੇ ਵਾਲਿਆਂ ਨੇ ਅੰਮ੍ਰਿਤਧਾਰੀ ਬੰਦਾ ਬੈਠਿਆ ਦਫ਼ਤਰ ਵਿੱਚ, ਉਹਨੇ ਮਿਠਾਈ ਵੀ ਰੱਖ ਲਈ, ਗਲਾਸ ਵੀ ਰੱਖ। ਅੱਜ ਕੱਲ੍ਹ ਬਿਮਾਰੀਆਂ ਦੀ ਬਾਤ ਚੱਲ ਰਹੀ, ਕਰੋਨਾ ਕੀ, ਤੁਹਾਨੂੰ ਬਲੱਡ ਕੈਂਸਰ ਹੋ ਗਿਆ, ਤਾਂ ਉਸ ਵੇਲੇ ਕਿਤਨਾ ਬਚ ਗਏ ਤੁਸੀਂ? ਕਾਫ਼ੀ ਕਮਾਲ ਹੈ ਵੀ ਕਿਹੜੀ ਦਵਾਈ ਖਾਈ ਸੀ ਤੈਂ, ਆਪਦੇ ਬ੍ਰਿਜ ਕੈਂਸਰ ਕੋਈ ਬਚਿਆ ਨਹੀਂ, ਕਦੋਂ ਨੀਲਾ ਆਇਆ। ਓ ਕਹਿ ਕਹਿ ਬਿਆਨ ਕਿਆ ਸੰਗ ਦੇ, ਧੰਨ ਧੰਨ ਤੂੰ ਸਗ ਤੇ, ਤੈਨੂੰ ਭਰਮਾ ਵਿਸਨ ਬਿਓ ਮਨ ਦੇ, ਧੰਨ ਧੰਨ ਤੂੰ ਸਗ ਤੇ। ਦੇਸ਼ ਪਵਾਦ ਗਏ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਮੈਂ ਥਾਰਾ ਆਪਣਾ ਰਾਜਪੁਰੇ ਵਾਲਾ ਮਨਜੀਤ, ਲੈ ਵੀ ਬਾਤ ਨਹੀਂ ਹੋਇਆ ਦੋਸਤੋ। ਅੱਜ ਦੇਸ਼ ਪਵਾਦ ਗਏ ਵਿੱਚ ਹਮੇਂ ਰਾਜਪੁਰੇ ਕੇ ਲਵੇ ਮੰਡਿਆਣਾ ਹੈ, ਔਰ ਇੱਕ ਪਵਾਦ ਕਾ ਮਾਰੇ ਕਾ ਬਾਬਾ ਹੈ, ਉਸ ਬਾਬੇ ਆ ਬਹੁਤ ਸਾਰੀਆਂ ਬਾਤਾਂ, ਚੰਡੀਗੜ੍ਹ ਕਾ ਸੱਪ ਕਿਸ ਤਰ੍ਹਾਂ ਮੈਨੂੰ ਡੰਗ ਗਿਆ, ਔਰ ਕਿਸ ਤਰ੍ਹਾਂ ਫਿਰ ਜਿਹੜੇ ਮਾਰੇ ਬਾਬੇ ਅਤੇ ਬੜੇ ਵਡੇਰੇ ਅਤੇ ਉਹਨਾਂ ਨੇ ਆਪਣੀ ਜ਼ਮੀਨਾਂ ਜਦਾਦਾਂ ਚੰਡੀਗੜ੍ਹ ਛੱਡ ਕੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਰ ਦਰ ਭਟਕਣਾ ਪਿਆ, ਬਹੁਤ ਸਾਰੀਆਂ ਬੋਲੀਆਂ ਵਾ ਉਸ ਨੂੰ। ਬਾਬਾ ਕਦੀ ਅਰਬੀ ਸਿੱਖਣ ਹੈਦਰਾਬਾਦ ਵੀ ਚਲੇ ਗਿਆ, ਹਿਬਰੂ ਜਿਹੜੀ ਕਿ ਉਸਕੇ ਵਿੱਚ ਬਹੁਤ ਬੜੇ ਗ੍ਰੰਥ ਲਿਖੇ ਗਏ, ਉਹ ਬੋਲੀ ਬੜਾ ਜਿਹਾ ਕੁਛ ਹੈ। ਸੋ ਅੱਜ ਬਾਬੇ ਗੱਲ ਹੈ, ਉਸ ਗੱਲ ਹਮੇਂ ਬਾਤਾਂ ਕਰੇਂਗੇ, ਬਾਬਾ ਮੇਵਾ ਸਿੰਘ ਮੰਡਿਆਣਾ ਗੱਲ। ਬਾਬਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਕਿਹਾ ਅੱਜ ਥਾਰੇ ਚੰਗਿਆੜੇ ਸੁਣੇ ਜਿਹਾ, ਆਪਾਂ ਮੇਰਾ ਖਿਆਲ ਹੈ ਵੀ ਚੰਡੀਗੜ੍ਹ 'ਤੇ ਸ਼ੁਰੂ ਕਰਾਇਆ ਵੀ ਤੁਸੀਂ ਚੰਡੀਗੜ੍ਹ 'ਤੇ ਆਏ ਵੇ। ਹਾਂਜੀ। ਉਹ ਮਾੜਾ ਜਿਹਾ ਦੱਸੋ ਵੀ ਥਾਰਾ ਪਿੰਡ ਆਮ ਲੋਕਾਂ ਨੂੰ ਪਤਾ ਨਹੀਂ, ਉਦੋਂ ਜਾਂ ਚੰਡੀਗੜ੍ਹ ਜਹਾਂ ਤਾਂ ਉਹਨਾਂ ਨੂੰ ਲਗਾ ਵੀ ਬਹੁਤ ਸਿਟੀ ਬਿਊਟੀਫੁਲ ਕਹਾ ਨਾ ਇੱਕ ਉਹਨੂੰ, ਅਤੇ ਤੁਹਾਨੂੰ ਤਾਂ ਬੜਾ ਸੰਤਾਪ ਹੰਢਾਉਣਾ ਪਿਆ ਉੱਥੇ ਅਤੇ ਉੱਜੜਨਾ ਪਿਆ, ਉਹ ਮਾੜੀ ਜਿਹੀ ਕਹਾਣੀ ਸੁਣਾਓ, ਕੰਥਾਲਾ ਪਿੰਡ ਹੈ ਥਾਰਾ। ਚੰਡੀਗੜ੍ਹ ਤਾਂ ਜੇ ਸੰਨ 47 ਦੇ ਬਾਅਦ ਆਪਣਾ ਦੇਸ਼ ਆਜ਼ਾਦ ਹੋਇਆ, ਜਦ ਸਾਨੂੰ ਬੜੀਆਂ ਖੁਸ਼ੀਆਂ ਹੋਈਆਂ ਵੀ ਦੇਸ਼ ਆਜ਼ਾਦ ਹੋ ਗਿਆ, ਅਸੀਂ ਆਰਾਮ 'ਤੇ ਬੈਠੂੰਗੇ। ਪਰ 47 ਵਿੱਚ ਜਿਹੜੇ ਪਾਕਿਸਤਾਨ ਅਤੇ ਆਪਣੇ ਗੁਰਸਿੱਖ ਪਿਆਰੇ ਆ, ਆਪਣੇ ਜਿੰਨੇ ਵੀ ਆਏ ਹੈ, ਉਹ ਫਿਰ ਵੀ ਉਹਨਾਂ ਚੰਗਾ ਪਸੇਬਾ ਮਿਲ ਗਿਆ, ਜ਼ਮੀਨਾਂ ਮਿਲ ਗਈਆਂ, ਘਰ ਕੇ ਘਰ ਮਿਲ ਗਏ, ਸਭ ਕੁਛ ਮਿਲ ਗਿਆ। ਪਰ 57 ਕਿਹਾ ਜਾਂ ਸਾਡੇ ਮਾਰੇ ਵਾਸਤੇ ਆਇਆ, ਉਹਨੇ ਮੈਨੂੰ ਜੜ੍ਹਾਂ 'ਤੇ ਖੇਡ ਕੇ ਰੱਖ ਦਿਆ। ਪਹਿਲਾਂ ਸਭ ਤੋਂ ਪਹਿਲਾਂ 17 ਗਾਉਂ ਠਾਲੇ ਗਏ ਚੰਡੀਗੜ੍ਹ ਕੇ ਜੀ, ਜਿਹੜੇ ਚੰਗੇ ਨਗਰ ਹੋਏ ਅਤੇ ਚੰਗੇ ਖੇਤੀਬਾੜੀ ਹੋਏ ਅਤੇ ਚੰਗੇ ਆਮਦਨ ਹੋਏ ਅਤੇ ਚੰਗੇ ਲੋਕ ਅਤੇ ਹਸਮੁੱਖ ਲੋਕ ਅਤੇ ਸਾਰੇ ਹਸਮੁੱਖ, ਔਰ 3 ਮਹੀਨੇ ਖਾੜੇ ਲਗੇ ਕਰੇ ਅਤੇ ਇੰਨਾ ਪਿਆਰ ਥਪਾਕ ਨਾ ਲੋਕਾਂ ਵਿੱਚ ਰਹਿਣ ਸਹਿਣ ਦਾ ਇੰਨਾ ਉਹਨਾਂ ਨੂੰ ਤਜਰਬਾ ਤਾ। ਅੱਛਾ, ਗਰੀਬ ਦੀ ਮਦਦ ਕਰਨ ਵਾਲੇ ਦਿਆਬਾਨ ਵੀ ਸੀ ਬਹੁਤ ਜ਼ਿਆਦਾ। ਜੇ ਕਿਸੇ ਨਗਰ ਮੈਂ ਕਿਸੇ ਲੜਕੀ ਗਰੀਬ ਲੜਕੀ ਦਾ ਵਿਆਹ ਰੁਕ ਗਿਆ, ਉਹਨੇ ਪਤਾ ਹੀ ਲੱਗਣ ਦਿਆ ਮਾਂ ਬਾਪ ਨੂੰ ਕਿ ਵਿਆਹ ਰੁਕਿਆ ਹੋਇਆ, ਆਪੇ ਇਕੱਠੇ ਹੋ ਕੇ ਉਹਨੇ ਸਮਾਨ ਇਕੱਠਾ ਕਰਨਾ, ਆਪੇ ਲੜਕੀ ਦਾ ਵਿਆਹ ਕਰ ਦੇਣਾ, ਇੰਨੇ ਦਿਆਬਾਨ ਲੋਕ ਤੇ ਉਹ। ਪਰ ਜਾਂ 17 ਗਾਉਂ ਠਾਲਿਆਂਗੇ, ਜ਼ਮੀਨਾਂ ਬਰਬਾਦ ਕਰਦੀਆਂ ਉਹਨਾਂ ਨੇ, ਇੰਨਾ ਸ਼ਾਹੀ ਇਲਾਕਾ ਦਾ ਉਹ ਕਿਉਂ, ਕੋਲ ਪਹਾੜ 'ਤੇ ਸਿਵਰਕ ਪਹਾੜੀਆਂ ਦੇ ਵਿੱਚ ਆਪਣੇ ਜੜ੍ਹਾਂ ਵਿੱਚ ਵਸਿਆ ਹੋਇਆ ਇਲਾਕਾ ਦਾ ਉਹ, ਕੋਈ ਕੰਮ ਨਹੀਂ ਦੀ ਚੀਜ਼ ਕੇ ਸਮਝਿਆ, ਹਵਾ ਕਰੇ ਦੀਆਂ ਵਾਰਸਾਂ ਬਹੁਤ ਪੇ ਕਰੇ ਦੀਆਂ,
फसल फिर बहुत ज़्यादा हुए करे थी। 11 उन्हें 17 को पहले ठाली है पर उन्होंने जमीना के जमीना दे दिया घर के घर दे दे लोग फिर भी बस गए कुछ ना कुछ। पर जब मारी बारी आई है मारे बारी में 11 को उन्हें ठाले गए हैं मानू उन्होंने सिर्फ 1600 रुपया किले का दिया जैसे बाहर जमीन महंगी तो इतने भी हमें फिर 9000 किले का जमीन खरीदी है 16 किलो जमीना दे के जेड़े घर मेरे के ताया चीन से आया था 20 साल ला के आया था जी उन्हें अपनी सारी आमदन का घर बनाए चंगे घर बनाए लेंटर रवाज नहीं था बाले पाए टैलना पाइया गाजर चंगे पाए जब भी उस वक्त 80 रुपये खाना खर्च होया था मारा उस वक्त मानू दिया उन्हें 20 रुपये खाना सारे सरकार ने घर मत झके धक्के से खोले पिंड ठाल दिया बारिशा पईया तो मारा कोई बाहर घर नहीं था 5000 बंदा पुलिस का आ गया मानू जड़ के रख दिया उन्होंने ना मारा घर बार ना जमीन पुलिस ने आके छुड़ाया सारा कुछ पुलिस ने आके जी। पर मेरे बापू जी सरपंच रहे 30 साल उत्थे आए चलो पुलिस गल प्यार तो काफ़ी थाने बनी हुई थी पर थानेदार ने अपने दया करके बेचारे ने काफ़ी जने जिन्ना समान चक सकें चक लो सारे चक्या सर बाबा जी थारे वास्ते तो फिर हल्ले पे दोबारा हल्ले तो बंद पिया अजे हल्लिया भी इन्ना कम जिन्हें मारी काम होया बारिशा पै रही थी हमें एक चंगे घर बारे के होंगे हुए भी मैं तंबू ला के बहना पिया फिर बाद में घर बनाए हमें मारे मैसे खुरन आ गए पुलिस खुरन आ गए पर मारे लोग दलेर से उन्हें पुलिस टाली ठंड रह न्याणे रोई करा तीवियां ने यह हाल मारी कर इतने होया बहुत बुरा हाल होया 3 महीने खाड़े लगते रहे रंगीले लोग तो सारे खाड़े लगने मेले भरने मेलिया में कट्ठे होकर जाना फिर एक होर बात था मारे लायक मेला भरे था मनसा देवी का उस मेले पर लड़ाइया हुई थी। अच्छा पहली देख रहे जेडे गाँव के लड़ाई करनी थे नाई भेजना पहली देख है क्योंकि सही लड़ाई करनी है उन्हें पहली रख लेनी ना कंबल देना खेसी देनी। अच्छा दुआदा जितना भी आ जाओ रह जाओ हाँ भी हम तैयार है लड़ाई होनी मस के मिले पर मिथके लड़ाई होनी है पर सरता दिया सिरमा सुट्टी नहीं मारी करेंगे। अच्छा वो सुट्टे चले थे पूरे सुट्टे चले थे सिरमा नहीं मारनी सिरमा नहीं लत्त मह तोड़ते करें थे फिर ये नहीं भी बैर रखना फिर कह अच्छा फेमिल हो जाना ना बाबा जी तो कमाल था भी कह के लड़ाई करनी कह लड़ाई करनी नाई भेजना भेजी देखे जिस तरह ब्याह भेजा ना इस हफ्ता दे के उन्हें फिर खेसी देनी नाई न्यार भी करना मंजूर हम तैयार है जे कोई तैयार नहीं हो तो कह देगा नहीं भाई मारे पास का रोग नहीं है मतलब जिथे अजकल चंडीगढ़ मां लंटे माल फलाना हाँ राग रंग मेले राग रंग पर जेडे मारे इलाके के भगत हुए है आसाराम बैदल भगत होया जिन्हें बड़ा गाउन लिखिया कि चिट्ठे लिखे जिन्हें आप किस्से कहां ज सीता स्वंबर कृष्ण लीला अच्छा जानी चोर गऊ बरलाप ये किस्से उन्हें बड़े सोहने लिखे हैं गाया भी उसने सारी उम्र गाँवता रहा और खाड़े में कभी पैसे लिया उसने एनस्तवती बंदा तो भगत एक हो रोटी भी घर खा के जानी किसी को जा खानी नहीं पैसा खाड़े में लेना लचार कह कभी कपड़े नहीं पाए बाबा जी थमें भी शेर खान के खाड़े में गाते रहे। हाँ मैं गाँव रहा बैंत सुनाओ कोई शेर खान से मैं गाना सीखा पर पहला असरम के सुन लें रुड़की खाड़ा लगे बता 1927 आसाराम ने कह दिया का समय लोगो क्या बैठे थे आराम से इतने सुंदर शहर बसना है इतने लिफाफे दुध बिके करूँगा इतने बिना तेल के दीवे जगे करूँगे औरतें राज करूँगियाँ पहला ही कह गया पहले ही कह गया था चंडीगढ़ के बसने थे। हाँ 57 चंडीगढ़ बनी है 33 बच्चे मर गया 27 में खड़ा लाया था 30 साल पहला कह गया था मैंने उन्होंने ज्ञान था सारा इन्ना ज्ञान था उसने अनपढ़ जट था उन्हें ब्राह्मण जना से वेदा के कथावान सुनिया प्राण सुनने याद कर फिर गाँव बना उसके बाद उसका चेला नाथा आ गया उसका भतीजा नाथ ने बड़ा सोहना गाया नाथ का चेला एक पूर्ण भगत पूर्ण होया एक जद का हरिजन था उन्होंने कट्ठे हो बह के गाय करे था पर जिते पूर्ण खड़ा लगे था उत्थे बिने बड़े लोग हजारों लोग पहुँचे करें थे उसके बाद शेर खान आ गया जद का जट था वो
ਚੱਟ ਮੁਸਲਮਾਨ ਤਾਂ ਬੈਜਵਾਨ ਗੋਤਾ ਸਕਾ ਹੱਲੇ ਪੈ ਗਏ। ਹੱਲਿਆਂ ਵਿੱਚ ਸ਼ੇਰ ਖਾਨ ਆਪਣੇ ਪਾਕਿਸਤਾਨ ਚਲੇ ਗਿਆ ਆਪਣੇ ਪਰਿਵਾਰ ਗੈਰ, ਪਰ ਉੱਥੇ ਕਾ ਜੀਣ ਲੱਗਿਆ। ਆਪਣੇ ਵਰਗਾ ਪਰਨ ਪਕਾਉਣੇ ਵਾਸਤੇ ਵਾਪਸ ਆ ਗਿਆ। 40 ਸਾਲ ਗਾ ਕੇ ਗਿਆ, ਸਾਈਕਲ ਭਰੇ ਫਿਰਦਾ ਰਿਹਾ, ਕਿਸੇ 'ਤੇ ਕਿਰਾਇਆ ਵੀ ਲਿਆ ਉਸਨੇ, ਨਾ ਕਿਸੇ ਪੈਸਾ ਲਿਆ ਉਸਨੇ, ਸਾਰਾ ਜੀਵਨ ਫਕੀਰੇ ਕੇ ਵਿੱਚ ਨਿਭਾ ਗਿਆ। 40 ਸਾਲ ਉਸਨੇ ਗਾਇਆ, ਪਰ ਅੱਜ ਗਾ ਤਾਂ ਅੱਜ ਵੀ ਰਹੇ ਕਿ ਜਿਹੜੇ ਚੇਲੇ ਬਹੁਤ ਗਾ ਰਹੇ ਹੈਗੇ, ਹਾਂ, ਪਰ ਉਹ ਬਾਤ ਨਹੀਂ ਬਣੀ ਕਰਦੀ ਹੈਗੀ। ਸਾਰੇ ਵਿਆਹ ਨੂੰ ਵੀ ਸ਼ੇਰੇ ਨੇ ਖੜਾ ਲਾਇਆ ਤਾ? ਮੇਰੇ ਵਿਆਹ ਨੂੰ 4 ਦਿਨ ਪਹਿਲਾਂ ਖੜਾ ਲਾਇਆ, 3 ਦਿਨ ਬਾਅਦ ਮੈਂ ਲੰਦਰ ਰਿਹਾ। 8 ਦਿਨ ਖੜਾ ਲੱਗਿਆ? 7 ਦਿਨ ਖੜਾ ਲੱਗਿਆ। ਕੋਈ ਬੈਂ ਤਾਂ ਸੁਣਾਓ ਮੈਨੂੰ ਆਪਣੇ, ਕੋਈ ਖਾੜੇ ਵਾਲੀ ਸ਼ੇਰੇ ਕੀ ਸੁਣਾ ਦੇ ਕੋਈ ਸ਼ੇਰੇ ਕੀ? ਪਹਿਲਾਂ ਸ਼ੇਰਾ ਜਦ ਖੜਾ ਲਾਇਆ ਕਰਿਆ ਤਾ ਨਾ, ਉਹ ਪਰਮਾਤਮਾ ਨੇ ਜਦ ਕਰੇ ਤਾ, ਇੱਕ ਤਾਂ ਉਹ ਦੇਵਕੀ ਭੇਟਾ ਗਾਇ ਕਰੇ ਤਾ ਜੀ, ਇੱਕ ਫਿਰ ਬੈਂਤ ਗਾਇ ਕਰੇ ਤਾ ਪਰਮਾਤਮਾ ਵਾਸਤੇ, ਮਾਂ ਬਾਪ ਵਾਸਤੇ, ਆਪਣੇ ਗੁਰੂ ਵਾਸਤੇ। ਜਿਹੜੇ ਦੇਵੀ ਭੇਟਾ ਗਾਇ ਕਰੇ ਤਾ, ਉਹ ਕਾਲੀਏ ਤੂੰ ਕਾਲਕਾਂ ਜੋ ਤੇਰੇ ਭਰਪੂਰ, ਰਾਮ ਦਲਾ ਮੈਂ ਤੂੰ ਚੜੇ ਹੱਥ ਲੀਏ ਤਰਸੂਲ, ਮਦ ਕੀ ਬੋਤਲ ਪੀ ਗਏ ਬਾਂਵਰੇ ਰੌਣ ਸਰੀਖੇ ਮਾਰੇ, ਤੈਨੂੰ ਧਿਆਉਂਦੇ ਬਾਹਮਣ ਬਾਣੀਏ ਧਿਆਉਂਦੇ ਪਰਜਾ ਸਾਰੀ ਹੈ ਜੀ। ਅਕਬਰ ਬਾਦਸ਼ਾਹ ਨੇ ਸਿਮਰ ਕੇ ਬਹਾਦਰ ਚਾ ਲਿਆ, ਨਹਿਰ ਪੱਟ ਕੇ ਪੌਣਾ ਨੂੰ ਚੜਾ ਲਈ ਹੈ ਜੀ। ਬਾਅਦ ਨਾ ਬੋਲੀ ਪਾਏ ਕਰੇ ਤਾ, ਉਹ ਕਹਿ ਕਹਿ ਬਿਆਨ ਕਿਆ ਸੰਗ ਦੇ, ਧੰਨ ਧੰਨ ਤੂੰ ਸਗ ਤੇ, ਤੈਨੂੰ ਬਰਮਾ ਵਿਸਨ ਵੀ ਉਹ ਮਨ ਦੇ, ਧੰਨ ਧੰਨ ਤੂੰ ਸਗ ਤੇ। ਫਿਰ ਬੈਂਤ ਲਾਣੀ ਉਹਨੇ, ਉਹ ਪਹਿਲਾਂ ਸਿਮਰ ਲੈ ਉਸ ਪਰਮਾਤਮਾ ਨੂੰ ਜਿਹਨੇ ਰਚਿਆ ਖੇਲ ਤਮਾਸਾ ਹੈ ਜੀ, ਫਿਰ ਸਿਮਰ ਲੈ ਧਰਤੀ ਮਾਂ ਨੂੰ ਤੂੰ ਜਿਸ ਪਰ ਕੁੱਲ ਦੁਨੀਆ ਕਾ ਵਾਸਾ ਹੈ ਜੀ, ਫਿਰ ਸਿਮਰ ਲੈ ਮਾਂ ਅਤੇ ਬਾਪ ਨੂੰ ਤੂੰ ਜਿਹਨੇ ਪਾਲਿਆ ਲਾਡਲਾ ਕਾਕਾ ਹੈ ਜੀ। ਆਸਾ ਰਾਮ ਕਹਿ ਸਿਮਰ ਗੁਰੂ ਆਪਣੇ ਨੂੰ, ਜਿਹਨੇ ਦੇ ਦਿਆ ਗਿਆਨ ਕਾ ਸ਼ੱਕਾ ਹੈ ਜੀ, ਜਿਹਨੇ ਦੇ ਦਿਆ ਗਿਆਨ ਕਾ ਸ਼ੱਕਾ ਹੈ ਜੀ। ਫਿਰ ਕਥਾ ਸ਼ੁਰੂ ਕਰੇ ਤਾ। ਸੋ ਬਹੁਤ ਰਾਗ ਰੰਗ ਤੇ ਉਹ ਸਮੇਂ ਦੇ ਵਿੱਚ ਜਿਹੜੇ ਪਰ ਅੱਜ ਉਹਦਾ ਹੁਣ ਸਮਾਂ ਯਾਦ ਕਰਕੇ ਐਵੇਂ ਝੂਰਾਂ ਵੀ ਸਮਾਂ ਕਿੱਥੇ ਚਲ ਗਿਆ, ਉਹ ਇੰਨਾ ਮਿਲਾਪ ਇੰਨਾ ਮੇਲ, ਪਰ ਇਹ ਨਹੀਂ ਕੰਮ ਤੇ ਹੁਣ ਕਰੋਨਾ ਆ ਗਿਆ ਜੇ, ਫਲਾਣਾ ਆ ਗਿਆ, ਝਿਮਕਾ ਹੋ ਗਿਆ, ਕੋਈ ਕਿਸੇ ਬਿਮਾਰੀ ਯਾਦ ਨਹੀਂ ਸੀ। ਬਿਮਾਰੀ ਹੈ ਕਿੱਥੇ ਸੀ? ਬਿਮਾਰੀ ਹੈ ਤੀ ਅੱਜ ਜਿਹੜੇ ਬਜ਼ੁਰਗ ਨੇ ਮਾੜਾ ਕਹਾ ਵੀ ਉਹਨਾਂ ਹੈ ਨਹੀਂ ਸੀ ਜੀ, ਖਤਰੇ ਕੱਪੜੇ ਪਾਏ ਕਰਦੇ ਜੀ, ਉਹਨਾਂ ਬਿਮਾਰੀ ਕੋਈ ਨਹੀਂ ਸੀ, ਕਿਉਂਕਿ ਮਨ ਮੈਂ ਕਪਟ ਕੋਈ ਨਹੀਂ ਸੀ। ਅੱਜ ਇੰਨੀਆਂ ਨਹਾਉਣ ਕਿਆ ਸਹੂਲਤਾਂ, ਇੰਨੇ ਸਾਬਣ ਸੈਂਪੂ ਪਏ ਹੋਣਾ ਗੁੱਸੇਖਾਨੇ ਵਿੱਚ, ਸੈਂਟ ਲਾ ਰਹੇ ਹੈਗੇ ਨਹੀਂ, ਮੈਨੂੰ ਡਰ ਲੱਗਾ ਵੀ ਕਿਸੇ ਆਪਣੇ ਗਲਤ ਨਾ ਲੈ ਜਾ ਮੇਰੇ ਕਿਤੇ, ਇਹ ਬਲ ਗਏ ਵੀ ਹੋਵਾਂ, ਇੰਨੇ ਬਸਤਰ ਬਿਮਾਰ ਸਾਰੇ ਅੱਜ। ਅੱਛਾ ਬਾਬਾ ਜੀ, ਆਪਾਂ ਬਾਤਾਂ ਕਰ ਰਹੇ ਹਾਂ, ਇੱਥੇ ਪੜ੍ਹੇ ਵੀ ਬਹੁਤ ਹੈ, ਕਿਤਾਬਾਂ ਪੜ੍ਹੀਆਂ ਬਹੁਤ, ਹਾਂਜੀ, ਅਰਬੀ ਸਿੱਖਣ ਤਾਂ ਮੈਂ ਉੱਥੇ ਵੀ ਗਏ, ਕਿੰਨੀ ਕੁ ਬੋਲੀਆਂ ਆਵਾਂ ਤੁਹਾਨੂੰ? ਮੈਨੂੰ 44 ਭਾਸ਼ਾ ਆ ਰਹੀਆਂ ਹੁਣ ਤੱਕ। ਅੱਛਾ, 44 ਭਾਸ਼ਾ ਸਿੱਖਣ ਕਿੱਥੇ ਕਿੱਥੇ ਗਏ ਤੁਹਾਨੂੰ ਜਿਹੜੀ ਬੋਲੀ ਸਿੱਖੀ? ਮੈਂ ਦੇਖੋ ਪਹਿਲਾਂ ਤਾਂ ਮੈਂ ਗੁਰਮੁਖੀ ਆਪਣੇ ਜਿਹੜੇ ਉਸਤਾਦ ਮੇਰੇ ਸੰਤ ਰੰਜਨ ਸਿੰਘ ਹੋਏ ਹੈ ਤਮਨਾ ਸਾਹਿਬ, ਸੰਤ ਕਰਤਾਰ ਸਿੰਘ ਮਹਿਤਾ, ਸੰਤ ਜਨ ਭੰਜਣਾ ਵਾਲੇ ਇਹ ਹੋਏ ਹੈ। ਫਿਰ ਮੈਂ ਹੈਦਰਾਬਾਦ ਗਿਆ ਕਾਜੀ ਕੋਲ, ਕਾਜੀ ਕੋਲ ਮੈਂ ਫਾਰਸੀ ਸਿੱਖੀ ਹੈ, 7 ਵਜੇ ਫਾਰਸੀ ਹੈ, ਕੁਰਾਨ ਸ਼ਰੀਫ ਸਿੱਖੀ ਹੈ, ਹਦੀਸਾਂ ਪੜ੍ਹੀਆਂ ਅਰਥਾਂ ਸਮੇਤ। ਫਿਰ ਇੱਕ 5 ਤੋਂ ਪ੍ਰਕਾਸ਼ ਸੀ ਦੰਡੇ ਸਾਤਰੇ ਜਿਹਨੂੰ ਕਿਹਾ ਜਾ, 62 ਭਾਸ਼ਾ ਗਿਆ ਤਾ। ਅੱਛਾ, ਉਹਦੇ ਪਾਸ ਸਿੱਖਿਆ ਫਿਰ ਮੈਂ, ਉਹਨੂੰ ਉਸਤਾਦ ਬਣਾਇਆ, ਕਿਉਂ ਜੇ ਕਿਸੇ ਗੁਣ ਲੈਣਾ ਉੱਥੇ ਜਾ ਧਰਮ ਨਹੀਂ ਦੇਖੀ ਜਾ ਸਕਦੀ, ਉੱਥੇ ਸਿਰਫ ਆਪਣੇ ਵਿੱਦਿਆ ਗੁਰੂ ਦੇਖਿਆ ਜਾ ਸਕਦਾ, ਮੇਰਾ ਵਿੱਦਿਆ ਗੁਰੂ ਕਿਹੜਾ ਮੈਨੂੰ ਗੁਣ ਦੇ ਸਕਦਾ ਜਿਹਦੇ ਗੁਣ ਲੈਣਾ ਹੈ। ਹਿਬਰੂ ਵੀ ਸਿੱਖੀ ਜਾਂਦਾ ਜਿਸ ਮੈਂ ਕਿਹੜੀ ਗ੍ਰੰਥ ਲਿਖਿਆ ਹੈ? ਹਿਬਰੂ ਅਰੀ ਲਾਮਾ ਸਵੇ ਤਰੀਮ ਤਰ ਪਤਾ ਤੁਰ ਕੀਮਾ, ਹਿਬਰੂ ਮਾ ਕਿਹੜਾ ਗ੍ਰੰਥ ਕਿਹਨਾਂ ਗ੍ਰੰਥ ਲਿਖਿਆ ਵਾ? ਯਹੂਦੀਆਂ ਦਾ ਮੇਰਾ ਖਿਆਲ ਹੈ, ਬਾਈਬਲ, ਬਾਈਬਲ, ਬਾਈਬਲ ਗ੍ਰੰਥ ਹੈ ਉਹ, ਹਿਬਰ ਭਾਸ਼ਾ ਵਿੱਚ ਹੈ। ਅਸਲ 'ਚ ਸਭ ਤੋਂ ਪਹਿਲਾਂ ਪ੍ਰੈਸੇ ਉਹ ਅੰਗਰੇਜ਼ਾਂ ਲਾਈ ਜਾ ਕੇ 1870 ਵਿੱਚ,
उनका मकसद क्या था भी जी बाइबल हिब्रू में लिखी हुई है वो पंजाबियों छपावे आपां बेउरे पंजाबी पढ़ के लोग क्रिश्चन बनूंगे बन भी हैं। फरीदकोट महाराज का सारा परिवार क्रिश्चन बन गया था, एक परिवार साझे भी इतने क्रिश्चन बन गया था, जटावों से बने भी हैं लोग बहुत। फिर उस तो बाद लाल हर सुख राय ने प्रेस लाए जलंधर के बेच सब तो पहला जिन्हें सब तो पहला गुरु साहिब छापना करी, दो प्रेसा लगे सब तो पहला होर बाद में लगदिया रही जिन्हें लगियाँ तो लाहौर चीन लाहौर पहला लगी है बाद में लगदिया रही दो प्रेसा तो पहला लगिया। अच्छा खाड़कू लहर के बिच भी थाने संताप हो गए जेल में भी गए? हाँ जी, जहाँ चैक हुए हरिमंदर साहब न बड़ा दुख हूँ भी साझा मन भरता है गल दसते हो सू महापुरख पहला भेज दिया था मेरे बच्चे जोड़े आई भी है छुट्टी दी बिल्कुल ही 2 साल की 3 साल की थी पुलिस ने आना पर मैं कि बाहर हथियार चक के नहीं फिरया ना कोई कतल करया ना कोई डाका मारिया ना पैसा कमाया जे पैसा कमाना होंदा फिर मैं अज कोठे मालक होंदा पर नहीं पैसे का नहीं देखे कभी मैनू कई बरे 7 बार पुलिस ने चकिया पुट्ठा टकया तो मूँह खून ला जाना फिर थले तारना फिर थले तारना पर जेडे इंस्पैक्टर ने मैं परमजीत खैर ने चकिया था फिर GSP बन गया चेहरे चेहरे हो गए तो वैसे वो GSP बन गया था वो उसने मेरा इलाज कराया। अच्छा हाँ उसने इलाज कराया मेरा। कमाल ऐसे थारी जिंदगी के सबसे बड़ा कमाल मैं लगे भी तथा मैं कथावाचक हैं बहुत किताबा पढ़िया किताब लिख भी रहे थारी किताब आ रही है पर सब तो बड़ा कमाल है भी तुम्हें पहला सारे ऐब करे वो छड़ते वो किस तरह जिंदगी पलटा खा गई बात एक है। वैसे मैं हम बार बार तो बात नहीं कह सकता हम कहनी पै रही है मैं शराबी तो मैंने तकड़ा मैं शराब तो शराब की छड़ बह के पीजे के रहा इको टाइम के बिच हाँ एक टाइम बह के पर मैं कभी गिरया नहीं कभी लड़िया नहीं इक्का ते मेरे क्यों गाने बजाने करके मैं बेंतर ले करने बस में पी के बैंत लानी करियां लानियां ज्यादा मेरे जिंदगी ने पलटा खाया जिसने बकर हाथेगा राजपुर बकर हाथा राजपुर है हूँ पक्की सड़क बन गई पहले कच्चा गोहर होया था वो कच्चा गोहर मैं मरने चल पाया अदिया मेरा पिया अदिया मेरे कोल था भी तू मर जा तेरी जिंदगी कुछ नहीं है तेरे न्याणे रुड़ते फिरोंगे कोई फायदा नहीं तेरा भाई पता नहीं रब ने भेजा पता नहीं आम मिल गया पता नहीं कुदरत मेरी गल बन गई कि साध मिल गया मैं मैंने कहा किधर पुत्था चक्या मैं तो चुके रहने नहीं मैंने कहा मरना कंजर भी करके दिखा कुदरती बात है जोड़ा मेरा समान तो मैं उत्थे ही गेर दिया किसी दिया भी नहीं सारा जब हाँ सारा जब तक मुड़ के फिर मैं नहीं हथ ला किसी चीज़ के मैं चाह भी नहीं 4 साल पी फिर। अच्छा चाह भी नहीं? चाह भी 4 साल पी। चाह की जगह क्या पी में थे हैं? क्या पी में थे फिर? समुद्र। अच्छा दुद्ध दुद्ध हो जाए जे नहीं हो तक कोई टिकन था। हाँ फिर मैं आसाम चले गया चाह के बागों बिच। आसाम भी गए थे? हाँ मैं तो कथा करन गया था। अच्छा आसाम मैं कथा करके हटिया मेरे मेरे चाह रख दे मैं क्या उन्होंने मैं चाह नहीं पीनी मैं क्या क्या मैं पीता नहीं क्या वजह क्या मैं उन्हें पता लग्या भी चाह न तंबाकू के पुठे दे जा वो लगे कह जो सरदार हस पिया क्या चंगा वो मैं पता नहीं वो चाह के बागों में मारकता वो मैंने सवेरे अपने बाग में ले गया उन्हें चाह तोड़ दे दिखाए मशीन में सिकांदे दिखाए चाह पैक कर दे दिखाए क्या चाह एक अपनी जड़ी है एक बूटी है इन्हें पुट के छे देने जाते इसकी अपने ही गुण है चाह के फिर वो कह लगे चाह थो असली मिलती नहीं है असली चाह बाहर जा रही है उत्ते बाद चाह पीन लगे फिर मैं उसके बाद एक चांस होया मैं पेवे नहीं पीवें तो मैं किसी अपने सेव के घर गया उन्हें गड़बा चक है दुध वास्ते सारे फिरे दुध नहीं मिले सू हूँ वे बाल फिरने वाले हैं देख लिया भी हाँ क्या कोई है ही नहीं है कुछ जो दुध नहीं मिले मेरे भाया महा भी घर तो जे दुध घर चाह जो गया ना चाह बना लिया कह भी चाह तो पीता नहीं मैं तेरे पीऊँगा मैं फिर मैं किसी मन कर दिया चाह बनाने वास्ते प्रसाद खाने वास्ते मैं ना पीवा फिर उसे चाह पीनी शुरू करी फिर मैं। वाह जी वाह दारू छड़ के फिर चाह पीन लग गए बाबा जी थे पाकिस्तान गए कई बार को सारी बहुत कहानी कमाल की है भी थे उसे कुड़ी के ब्याह गए तो उसका उसने अपनी धी बनाया उन्हें थाना थरी मिलनी हुई वो कहानी सुनाओ मर जी जरा बहुत कमाल है। पाकिस्तान तो जी हमें मेरी हर बस्ता मेरी गया
एक नैबता मेहमाना, मैं तो काफ़ी जने थे हमें दो लड़कियां पुलिस गल झगड़ रही थी। वो कहें हमें गुरसिख बंद बात करनी है, पुलिस लगे हम कर नहीं देंगे। मैं बंस जद हमें उतरे ना आटो से परमा घर भी नालते होर भी कई बंदे नालते, वो लड़कियां भजिया मेरे पास आ गई। कहा भाई हमें थरिए बात करनी चाहा भी मनु बात कर नहीं देंगे। मैं थानेदार ने कहा भी तू मेरे कोल खड़ जा, हमें ये बात नहीं करते, साढ़े धियां वर्गियाँ बच्चिया साड़ियाँ है, ये बात करनी चाह कर दे, तेन क्या चक्कर है। वो लड़कियां पार्क में सन लेकर बह गया, मैं बह गया, हरबंस सिंह बह गया, हरबंस सिंह घर वाले बह गए, होर बह गया, चाली गल् बातें उन्होंने सभ्याचारियाँ करियाँ, हिंदुस्तान में क्या सभ्याचार है, इतने क्या सभ्याचार है। मैं क्या बच्चे फिर पहरावे बारे, मैं उन्होंने कहा पराए बारे तो सानू कई बार निगाह थले करनी पैंदी है भी पहरावा साढ़े खत्म होना। मैं ना एक पांच दिन बाद देखी थे भी जाते रमजीत सिंह उत्थे किसी लड़के सिरन के नहीं मिलेगा, उसे किसी लड़की बाजन के नहीं मिलेगी, कोई बहुत ही पढ़ लिखे नंगे रखी कह नहीं सही, आम लड़के सिरन के नहीं मिलेगा। वो लड़कियां भी सिर में ढक के बैठ सड़क बैठी दी मेरे को। चल जी बातों मारी होंदिया रही, फिर मैं कह लग्या भी तू मेरा पिता जी है। मैं जो मैं कोई इतराज नहीं, उन्हें घर क्या पूछो, उन्हें अपने घर फोन बनाया कि बाप कहने गुरसिख सा बाप बना मन खुशी है बात की। उन्हें मेरे दो हाथ अपने सिर में रखा के मेरी फोटो खिंची, कई होर तो मेरा गिफ्ट को है नहीं देने वास्ते, उन्हें मैं पेन दे अपने ये ले जो। जाते बाद फोन पर बात होंगी रही, और लड़के वकील बन गए, फिर वो वकील है, हूँ वकील है वो। उसका फिर ब्याह गया, मेरे पास सद्दा पत्र भी आया, उस वीजा ने लुआ दिया, फिर ब्याह में गया, फिर मैं जब धीए बना ली, फिर पांच भांडे में चंगे पित्तल के अमृतसर से जाके खरीदे, अमृतसर से पांच सूट ले कुड़ी वास्ते, कि जोरे वाली पग रही महंगी मिली थोड़े जे, वो जोरे पग रहे गया। जब मैं अटारी गया उन्होंने फोन आया मेरे पास, कहा भाई कितने आ गए, मैं अटारी आ गया, मैं बागे आ रहा, कह रहे बागे खड़ जो। मैं बागे जहाँ खड़ गया, छे गड्डियां लेकर रिश्ते समेत में लेन आए। अच्छा, पर मेरे मन की शंका रही भी मैं ब्याह जा रहा जरूर, तो मत खाना लोग तो मत खाने बिना ब्याह नहीं करते, मेरा क्या बन गया खाने बिना, इतने मैं तो मास्क नहीं जाता, मेरे मन शंका रही वैसे जरूर। पर वो जहाँ लेन आए ना, मैं जाके देखा उन्हें पहला कमरा सारा धोया पानी नाल, छत भी धोई, सेंच छिड़किया, धूफा लाइया, फिर मंजा उत्थे जाए मेरा। उन्हें ऐलान कर दिया जिन्हें मास खाना ब्याह च नहीं आयो, उन्हें ऐलान कर दिया जिन्हें मास खाना ब्याह च नहीं आयो, सादा भोजन मिलेगा, चंगे चंगे मिठाइया ने बनाइया, जिन्हें के परिवार के बजुर्ग थे सारे मेरे को आके बह गए, बातें कर लगे। नूर चहना पिंड में गया था ब्याह में, कुदरी हजे सबब मिले जी अपनी लड़की ब्याह भी यूपी में, वो परिवार नूर चहना दे। अच्छा, हाँ मैं उनको बात करी, कहा जी उनके हवेली दिखा के रहे मैंने, ब्याह में बरात उसने बरकी पिंजे बरात आई थी, वो लड़के वकील है जोड़ा कुड़ी का पिता था, कुड़ी हूँ मनु अबा कह रही हूँ तो अबा था, वो कह लगे भी भरा जी तुम मिलनी करो, मैं नहीं भरा जी मिलनी, तू कर मिलनी, हाँ बाप की, बाप की मैं तू कर, कहने हूँ तू करेगा। और जब मैं खड़ा मेरे निकाने वास्ते देखे भी कुड़ी मुसलमाना की है, ये चूड़े सच खड़ गया क्या मेरे निकाने वास्ते, फिर वो कह लगे नहीं कुड़ी होनी इसकी है, निकाह रहना लो नहीं ना लो, क्या दाज भी है मेरे ना, क्या लेकर बाप ने कहा कोई दाज मिलेगा, दाज मिलता कोई पाकिस्तानी बात है, चलो मेरे नहीं करी मैं। पर बच्चा मैंने इन्ना समझ लगे ना प्रौना आया था, कहा भी जी मेरा अब्बा है ना मेरे घर भी ही आवे, मेरे घर भी ही आवे। जब मैं गया उसे बरकी गए दूसरे दिन, उन्हें भी इतना ऐलान कर दिया भी जिन्हें मास मूस मंगना पे खाना चले जाओ, ऐसा मास ही मेरे घर रोज भी मास बना, मैं गया बाबा जी बना, रोटी नहीं खाते, हाँ खाते नहीं है, बड़ा कमाल है। पर उन्हें बनाया नहीं है, पर उन्हें फिर मैं चार किलो मिठाई दे डब्बा भर के, एक गिलास दिया बड़ा पांचा दिया कुड़ मैं गिलास बड़े उसे नक्शे गिलास से बने बड़े बहुत चंगा सुंदर गिलास था दिया जो दिया। पर जो अपने चारी आए इतने चारी जब मैं आया बाकी ने कुछ नहीं कहा मैं, कह तू सगन चीज मेरी है तू ले जा। चारी आया ने अमृतधारी बंदा बैठा दफ्तर में, उन्हें मिठाई भी रख ली गिलास भी रख दिया, मैंने कहा मिठाई खा लो तुम पर गिलासा मेरे मुड़ो गिलास भी नहीं दिया मुड़े उन्होंने, वो मैं कहा सब तो फिर चंगे
ਸਭ ਇੱਕ ਅੰਮ੍ਰਿਤਧਾਰੀ ਹੋ ਕੇ ਇਹੋ ਜਿਹੇ ਹਰ ਕਰਦੇ ਆ, ਇੰਨੇ ਸਾਡਾ ਭ੍ਰਿਸ਼ਟ ਗਏ ਕੰਮ ਹੋ ਗਏ ਕਿ ਨਹੀਂ? ਸੱਤੇ ਫਿਰ ਤਾਂ ਉਹ ਚੰਗੇ ਅਮਰ ਚੱਕ ਹੈ, ਦੇਖੋ ਕਿਆ ਅਮਰ ਚੱਕ ਮਾਰ ਰਹੇ, ਬੜਾ ਮਨ ਦੁਖੀ ਹੋ ਰਿਹਾ ਸਮਾਨ। ਫਿਰ ਮੈਂ ਉਹ ਆਪਣੇ ਬੱਚੇ ਨੂੰ ਫੋਨ ਕਰਿਆ, ਉਹ ਇਸ ਤਰ੍ਹਾਂ ਉਹਨੇ ਬੜੀਆਂ ਗਾਲਾਂ ਕੱਢੀਆਂ, ਹੁਣ ਉਹ ਆਉਣੇ ਤਕਾਰ ਹੀ ਇੱਥੇ, ਫਿਰ ਉਹਦੇ ਕਬਜ਼ਾ ਹੀ ਲੱਗ ਰਿਹਾ ਜੀ। ਕੁੱਤਾ ਕਰੋਨਾ ਚੱਕਰ ਪੈ ਗਿਆ, ਨਵੇਂ ਚੱਕਰ ਪੈ ਗਿਆ ਇਹ, ਕਰੋਨਾ ਹੈ ਨਹੀਂ, ਵਾਸਤੇ ਨਹੀਂ ਪਤਾ ਕਿੱਥੇ ਕਿੱਥੇ ਕਰੋਨਾ ਇਹਨਾਂ ਨੇ, ਜ਼ੁਕਾਮ ਖੰਘ ਤਾਂ ਪਹਿਲੀਆਂ ਆਪਣਾ ਹੋਏ ਤੇ ਤਾਂ ਨਵੇਂ ਦੇ ਹੋਣ ਲੱਗੇ ਹੈਗੇ। ਚਲੋ ਖੈਰ ਬਾਬਾ ਜੀ, ਬੜੀਆਂ ਕਮਾਲ ਕੀਆਂ ਬਾਤਾਂ ਹੈ ਅਤੇ ਇਹਨੇ ਰਿਸ਼ਤੇ ਥਾਨੇ ਕਮਾਏ ਹੈ, ਅਤੇ ਇੱਕ ਕੋਈ ਚੰਗਾੜਾ ਸੁਣਾ ਦਿਓ ਮੈਨੂੰ ਬੈਂਤ ਜਿਹੜਾ ਥਾਨੇ ਆਪ ਕੋਈ। ਅੱਛਾ, ਤੁਸੀਂ ਆਪ ਵੀ ਖਾੜਾ ਕਈ ਲਾਇਆ ਮੇਰੇ ਖਿਆਲ? ਹਾਂ ਜੀ, ਵੀ ਉਹ ਗ੍ਰੰਥੀ ਕਹਾ ਮਾਰਾ ਖਾੜਾ ਵੀ ਲਾ ਲਿਆ, ਪਰ ਪਾਤ ਕੇ ਖਾੜਿਆ ਮੈਂ ਉਹ ਕੋਈ ਚੀਜ਼ਾਂ ਨਹੀਂ ਜਿਹੜੀਆਂ ਅੱਜ ਕੱਲ੍ਹ ਕੇ ਖਾੜਿਆ ਮੈਂ ਜਾਂ ਹੋਰ ਖਾੜਿਆ ਮੈਂ, ਇਹ ਤਾਂ ਬਹੁਤ ਕਮਾਲ ਕੀ ਚੀਜ਼ ਤੀ। ਹਾਂ, ਬਹੁਤ ਕਮਾਲ ਕੀ ਚੀਜ਼ ਉਹ ਤਾਂ, ਹਾਂ ਇਸ ਵਾਰ ਤਾਂ ਲੋਕ ਕਥਾਵਾਂ ਤੀਆਂ, ਪੂਰਨ ਭਗਤ ਆ ਜਾਂ ਉਹ ਤਾਂ ਸਾਰੀ ਚੀਜ਼ਾਂ ਦੀਆਂ, ਹਾਂ ਜਾਂ ਪੁਰਾਣੀ ਜਿਹੜੀਆਂ ਆਪਣੀਆਂ ਰਾਮ ਚੰਦਰ ਕੀ ਕਥਾ, ਕ੍ਰਿਸ਼ਨ ਕੀ ਕਥਾ। ਮੈਂ ਗੋਬਰ ਲਾਮਾ ਬਹੁਤ ਚੰਗੇ ਆਸਰ ਰਾਮ ਨੇ ਲਿਖਿਆ, ਕ੍ਰਿਸ਼ਨ ਭਗਵਾਨ ਨੇ ਕਿ ਬਾਰੇ ਵੀ ਲਿਖਿਆ, ਸੀਤਾ ਬਾਰੇ ਵੀ ਲਿਖਿਆ, ਅਸਲ ਜਿਹੜੇ ਪੰਜਾਂ ਬਾਰੇ ਵੀ ਲਿਖਿਆ, ਬਹੁਤ ਕੁਛ ਆਸਰ ਰਾਮ ਨੇ ਤਾਂ ਇੰਨਾ ਗਾਉਣ ਬਣਾਇਆ ਵਾ ਨਾ, ਉਹ ਗਾਉਣ ਕਦੇ ਮੁੱਕ ਹੀ ਨਹੀਂ ਸਕਦਾ। ਵੈਸੇ ਹੁਣ ਗਾਉਣ ਨਾ ਆਸਰ ਰਾਮ ਕਾ ਇਹਨੇ ਬਰਾਚੀ ਵਿਚਾਲੇ ਸਾਂਭ ਲਿਆ, ਚਲੇ ਰਹੇ ਇਹ ਬਹੁਤ ਛਾਪ ਰਹੇ ਹੈ ਜ਼ਿਆਦਾ। ਸੁਣਾ ਦੇ ਕੋਈ ਚੰਗਿਆੜਾ, ਕਿਹੜੀ ਮੈਂ ਸੁਣਨੀ ਹੈ? ਜਿਹੜੀ ਮਰਜ਼ੀ, ਜਿਹੜਾ ਸਾਡਾ ਰੂਹ ਰਾਂਝਾ ਰਾਜੀ ਹੋਏ। ਓ ਸੀਤਾ ਖਦੇ ਰਾਣ ਨੂੰ ਵੇ ਖੜਕੇ, ਸੁਣ ਰੌਣਾ ਵੇ ਕਨਿਹਾਈ, ਹੋ ਚਾਰ ਤਾਂ ਵਰਨ ਵੇ ਰੰਝੇ ਹੋਣੀ ਨਾਰ ਦੇ, ਚਾਰ ਤਾਂ ਵਰਨ ਵੇ ਰੰਝੇ ਹੋਣੀ ਨਾਰ ਦੇ, ਜਿਨ੍ਹਾਂ ਵਿੱਚ ਸੀਤਾ ਵੇ ਨਾਹੀਂ, ਜਿਨ੍ਹਾਂ ਵਿੱਚ ਸੀਤਾ ਵੇ ਨਾਹੀਂ, ਕੇਸ ਤਾਂ ਹੋਣ ਵੇ ਜਿਨ੍ਹਾਂ ਲਟੋਰੀਆਂ, ਹੱਸਣੇ ਨੂੰ ਜ਼ਿਆਦਾ ਵੇ ਚਾਹੇ, ਹੱਸਣੇ ਨੂੰ ਜ਼ਿਆਦਾ ਵੇ ਚਾਹੇ, ਇਹ ਤਾਂ ਵਰਨ ਵੇ ਹੋਣ ਜਿਹੜੀ ਨਾਰ ਦੇ, ਕਦੇ ਬਚਦੇ ਨਾ ਉਹਨਾਂ ਦੇ ਵੇ ਸਾਹੀ, ਕਦੇ ਬਚਦੇ ਨਾ ਉਹਨਾਂ ਦੇ ਵੇ ਸਾਹੀ, ਕੇਸ ਤਾਂ ਲੰਬੇ ਵੇ ਹੋਣ ਜਿਹੜੀ ਨਾਰ ਦੇ, ਦੰਦਾਂ ਵਾਲੇ ਵਿਹੜੇ ਵੇ ਬਣਾਏ, ਤੰਦਾਂ ਵਾਲੇ ਵਿਹੜੇ ਵੇ ਬਣਾਏ, ਇਹ ਤਾਂ ਵਰਨ ਵੇ ਹੋਣ ਜਿਹੜੀ ਨਾਰ ਦੇ, ਕਦੇ ਮਰਦੇ ਨਾ ਉਹਨਾਂ ਦੇ ਵੇ ਸਾਹੀਂ, ਹੋ ਰੰਝੇ ਤਾਂ ਹੋਣਾ ਵੇ ਰੋਣਾ ਤੇਰੀ ਨਾਰ ਨੇ, ਰੰਝੇ ਤਾਂ ਹੋਣਾ ਵੇ ਰੋਣਾ ਤੇਰੀ ਨਾਰ ਨੇ, ਕੁੱਕਾਂ ਪੈਣਗੀਆਂ ਤੇਰੇ ਮਹਿਲਾਂ ਵੇ ਮਾਹੀ, ਕੁੱਕਾਂ ਪੈਣਗੀਆਂ ਤੇਰੇ ਮਹਿਲਾਂ ਵੇ ਮਾਹੀ, ਰੰਝੀਆਂ ਫਿਰੇਂਗੀ ਤੇਰੇ ਬਾਜ਼ਾਰ ਮੇਂ, ਰੰਝੀਆਂ ਫਿਰੇਂਗੀ ਤੇਰੇ ਵੇ ਬਾਜ਼ਾਰ ਮੇਂ, ਸੀਤਾ ਨੇ ਸੱਚੀ ਵੇ ਸੁਣਾਈ, ਸੀਤਾ ਨੇ ਸੱਚੀ ਵੇ ਸੁਣਾਈ। ਕਿਆ ਬਾਤ ਹੈ, ਬਹੁਤ ਕਮਾਲ ਕੇ ਉਹ ਚੀਜ਼ਾਂ ਤੀਆਂ, ਖੈਰ ਵੀ ਚਲੋ ਚੱਲ ਰਹੀਆਂ। ਅੱਛਾ ਬਾਬਾ ਜੀ, ਕਹੋ ਬੜੀ ਕਮਾਲ ਹੈ, ਅੱਜ ਕੱਲ੍ਹ ਬਿਮਾਰੀਆਂ ਦੀ ਬਾਤ ਚੱਲ ਰਹੀ ਕਰੋਨਾ ਕੀ, ਤੁਹਾਨੂੰ ਬਲੱਡ ਕੈਂਸਰ ਹੋ ਗਿਆ ਤਾ, ਉਸ ਮਾਲੇ ਕਿਤਨਾ ਬਚ ਗਏ ਤੁਸੀਂ ਬਲੱਡ ਕੈਂਸਰ? ਜੇ ਮੈਨੂੰ ਪਤਾ ਨਹੀਂ ਮੈਨੂੰ ਬਲੱਡ ਕੈਂਸਰ ਹੈ, ਮੈਂ ਪੀਜੀਆਈ ਚੈੱਕ ਕਰਾਉਣ ਗਿਆ ਤਾ, ਉੱਥੇ ਜਿਹੜਾ ਬੜਾ ਡਾਕਟਰ ਉਸ ਵਾਸਤੇ ਜਥੇਦਾਰ ਤਾ, ਚੋਲਾ ਪਾ ਕੇ ਰੱਖਿਆ, ਚੋਲਾ ਪਾ ਕੇ ਰੱਖਿਆ ਤਾ ਡਾਕਟਰ ਵੀ, ਮੈਂ ਹਾਂ ਤੁਹਾਡਾ ਸਜਾ ਕੇ ਰੱਖਿਆ ਤਾ, ਉਹਨੇ ਚੋਲਾ ਨਹੀਂ ਕੱਢਿਆ ਉਸਨੇ, ਉਹਨੇ ਮੇਰਾ ਚੈੱਕਅਪ ਕਰਾਇਆ, ਮੈਨੂੰ ਕਿਹਾ ਬਾਬਾ ਜੀ ਤੂੰ ਬਾਅਦ ਸਹਾਰ ਲੂੰਗਾ, ਤੂੰ ਨਿਹੰਗ ਸਿੰਘ ਹੈ, ਤਾਂ ਤੈਨੂੰ ਕਹਿਣ ਲੱਗਿਆ ਮੈਂ ਵੀ ਤੇਰੇ 2% ਉਮੀਦ ਹੈ ਬਚਣੇ ਕੀ, ਬਚਦਾ ਨਹੀਂ ਵੀ ਖਤਮ ਹੈ, ਵੀ ਖਤਮ ਹੈ। ਮੈਂ ਕਿਹਾ ਬਾਤ ਕਦਮ ਬਲੱਡ ਕੈਂਸਰ ਹੈ, ਉਹ ਕਹਿਣ ਲੱਗਿਆ ਮੈਂ ਕਿੰਨਾ ਕੁ ਹੈ, ਕੌਣ 43% ਹੈ, ਮੈਂ ਕੋਈ ਬਾਤ ਨਹੀਂ, ਜੇ ਮੈਂ ਖੜਕ ਵਿੱਚ ਨਹੀਂ ਮਰਿਆ ਮੈਂ ਹੁਣ ਵੀ ਮਰਦਾ ਮੈਂ। ਉਹਨੇ ਫਿਰ ਮੈਨੂੰ ਬੁਲਾਇਆ ਦੁਬਾਰਾ ਸੁਨੇਹਾ ਦੇ ਕੇ, ਉਹਨੇ ਕਿ ਟੀਕਾ ਲਿਖਿਆ ਕਿ ਟੀਕਾ ਦੋ ਤਰ੍ਹਾਂ ਅੰਮ੍ਰਿਤਸਰ ਜਾ ਕੇ, ਇਹ ਅੰਮ੍ਰਿਤਸਰ ਡਾਕਟਰ ਦਾ ਵਕਤ ਬੜਾ ਕੈਬਲ ਕਾਵੇ, 18,000 ਟੀਕਾ ਲਿਖਿਆ ਤੇਰੇ ਇੱਕ 18,000 ਦਾ, ਹਾਂ ਵੀ 10 ਟੀਕੇ ਲਵਾ ਵੀ ਤੂੰ ਬਚੇਂਗਾ। ਮੈਂ ਹਰਿਮੰਦਰ ਸਾਹਿਬ ਚਲੇ ਗਿਆ, ਹੁਣ ਮੇਰੇ ਬੱਚੇ ਨਿਆਣੇ ਤੇ
18,000 का मैं हिला करिया औखा सौखा भी टीका लुआ के आवा उत्थे एक मेरा मन बदल गया भी तेरे लड़कियां लड़कियां तेरे पास भी तेरे को लड़कियां भी है तेरे कर्जा तारीगा पैसा तेरे कट्ठे क्यों खाड़कू बाद ने थले लाए पता मैं कोई कम नहीं कर दिया है कि नहीं पैसा घट है तू कर्जा किस तरह तारेंगा तू लड़कियां भी है कर्जा तारेंगा कि मरता तो जानी है टीका ना लुआ मैं पाँच दिन पाँच बारी स्नान करना हरिमंदर साहब सरोवर के 108 जाप करना चबी साहब का कीर्तन सुनना घर चले आना जाता रहा जरूर मैं पर टीका नहीं लुआया फिर मैं डॉक्टर ने बुलाया मैं गया उत्थे पी जी आई मैं कब टीके लुआए थे मैं सच्चाई दस दी मैं लुआए का क्यों मैं सारे अपने घर के व्यवस्था दसी मेरे घर के हालात हैं कि मेरे लड़के लड़कियाँ भी मैं इन्ना कर्जा ही नहीं चढ़ सकता भी जे मर गया मैं मेरे लड़के बहुत मेरे कर्जा तारूगा कोई का फिर नहीं बचता मन नहीं बदलना सही मैं घबरिया नहीं कि घबर देखा पुलिस ने मैंने दिल्ली कराया पुलिस ने भी कटाइया करी फिर नहीं घबरिया मैं मैं ये भी कह रहा खैरा कह देगा कहा तेरा चोला पाड़ के पाड़ के हटूंगा मैं चोला पाड़ दे कपड़ा है था उरे खलना उतर गया पुठिया खलना उतार दिया कहते कपड़ा है फिर सुहा जूगा चल जी का फिर तो बचता मन ही पता ना बचन दे कह टेस्ट करा दोबारे क्या टेस्ट कराया 11 डॉक्टर सुबह बैठे थे फिर नहीं लाया जी कह भी कमाल है तो कड़ी दवाई खाई जी तैं आता ब्रेड कैसे कोई बचे नहीं कह तू नीला आया कह पहला पेशेंट है मरीज है सबसे तू जो नीला आया तू उसने फिर महाराज आप ही बजाया मैं क्या बात पैज रखता है राम राज हाँ जी हाँ जी सो चलो बहुत बढ़िया जी